ਮਾਡਿਊਲ 2 ਸਰਵਿਕਲ ਜਾਂਚ ਇੰਗਲੈਂਡ ਵਿੱਚ ਔਰਤਾਂ ਨੂੰ 25 ਤੋਂ 49 ਸਾਲ ਦੀ ਉਮਰ ਵਿੱਚ ਹਰ 3 ਸਾਲ ਬਾਅਦ ਅਤੇ 50 ਤੋਂ 64 ਸਾਲ ਦੀ ਉਮਰ ਵਿੱਚ ਹਰ 5 ਸਾਲ ਬਾਅਦ ਸਰਵਿਕਸ ਦੀ ਜਾਂਚ ਕਰਾਉਣ ਲਈ ਬੁਲਾਇਆ ਜਾਂਦਾ ਹੈ ਜ਼ਿਆਦਾਤਰ ਔਰਤਾਂ ਇਹ ਜਾਂਚ ਆਪਣੇ ਜੀਪੀ ਜਾਂ ਪ੍ਰੈਕਟਿਸ ਨਰਸ ਤੋਂ ਕਰਾਉਣ ਦੀ ਚੋਣ ਕਰਦੀਆਂ ਹਨ ਆਦਰਸ਼ ਰੂਪ ਵਿੱਚ ਇਹ ਜਾਂਚ ਤੁਹਾਡੀ ਪਿਛਲੀ ਮਹਾਵਾਰੀ ਦੇ ਪਹਿਲੇ ਦਿਨ ਤੋਂ ਲਗਭਗ 2 ਹਫ਼ਤੇ ਬਾਅਦ ਨਿਯਤ ਕੀਤੀ ਜਾਣੀ ਚਾਹੀਦੀ ਹੈ ਜਾਂਚ ਕਰਨ ਵਾਲੇ ਵਿਅਕਤੀ ਨੂੰ ਜਾਂਚ ਕਰਨ ਤੋਂ ਪਹਿਲਾਂ ਤੁਹਾਨੂੰ ਪ੍ਰਕਿਰਿਆ ਸਮਝਾਉਣੀ ਚਾਹੀਦੀ ਹੈ ਅਤੇ ਤੁਸੀਂ ਕਿਸੇ ਵੀ ਸਮੇਂ ਕੋਈ ਵੀ ਪ੍ਰਸ਼ਨ ਪੁੱਛਣ ਦੇ ਸਮਰਥ ਹੋਣੇ ਚਾਹੀਦੇ ਹੋ ਜਾਂਚ ਤਰਲ ਅਧਾਰਿਤ ਸੈਟੋਲੋਜੀ ਸੈਂਪਲਿੰਗ ਨਾਮ ਦੀ ਇੱਕ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਕੀਤੀ ਜਾਂਦੀ ਹੈ ਤੁਹਾਨੂੰ ਕਾਊਚ ਤੇ ਆਰਾਮਦਾਇਕ ਟੰਗ ਨਾਲ ਲਟਣ ਲਈ ਕਿਹਾ ਜਾਏਗਾ ਅਤੇ ਤੁਹਾਡੀ ਯੋਨੀ ਨੂੰ ਖੋਲ ਕੇ ਰੱਖਣ ਲਈ ਸਪੈਕੂਲਮ ਕਹਿਲਾਉਣ ਵਾਲਾ ਇੱਕ ਡਾਕਟਰੀ ਉਪਕਰਣ ਇਸ ਵਿੱਚ ਪਾਇਆ ਜਾਏਗਾ ਜਦੋਂ ਡਾਕਟਰ ਜਾਂ ਨਰਸ ਤੁਹਾਡੀ ਸਰਵਿਕਸ ਨੂੰ ਸਾਫ਼-ਸਾਫ਼ ਦੇਖ ਸਕਣਗੇ ਉਹ ਇਸ ਤੋਂ ਕੁਸ਼ਾਣੂਆਂ ਦਾ ਨਮੂਨਾ ਲੈਣ ਲਈ ਇੱਕ ਬੁਸ਼ ਦੀ ਵਰਤੋਂ ਕਰਨਗੇ ਉਸ ਤੋਂ ਬਾਅਦ ਬੁਸ਼ ਦੇ ਸਿਰੇ ਨੂੰ ਇੱਕ ਡੱਬੇ ਵਿੱਚ ਚੀਜ਼ਾਂ ਨੂੰ ਸੰਭਾਲ ਕੇ ਰੱਖਣ ਵਾਲੇ ਤਰਲ ਵਿੱਚ ਡੁਬੋਇਆ ਜਾਂਦਾ ਹੈ ਜਾਂ ਤੋੜ ਕੇ ਡੱਬੇ ਵਿੱਚ ਪਾ ਦਿੱਤਾ ਜਾਂਦਾ ਹੈ ਇਸ ਪ੍ਰਕਿਰਿਆ ਵਿੱਚ 5 ਮਿੰਟ ਤੋਂ ਘੱਟ ਸਮਾਂ ਲੱਗਦਾ ਹੈ ਅਤੇ ਕੋਈ ਦਰਦ ਨਹੀਂ ਹੋਣਾ ਚਾਹੀਦਾ ਹਾਲਾਂਕਿ ਤੁਸੀਂ ਥੋੜੀ ਜਿਹੀ ਬੇਆਰਾਮੀ ਮਹਿਸੂਸ ਕਰ ਸਕਦੇ ਹੋ ਕੁਸ਼ਾਣੂਆਂ ਦੇ ਨਮੂਨੇ ਦੀ ਮਾਈਕਰੋਸਕੋਪੀਕ ਜਾਂਚ ਕਰਨ ਲਈ ਇਸ ਨੂੰ ਇੱਕ ਲੈਬਾਰਟਰੀ ਵਿੱਚ ਭੇਜਿਆ ਜਾਂਦਾ ਹੈ ਅਤੇ ਇਸ ਦੇ ਨਤੀਜੇ ਤੁਹਾਨੂੰ ਡਾਕਟਰਾਂ ਨੂੰ ਭੇਜੇ ਜਾਣਗੇ ਜੇ ਨਤੀਜੇ ਦਿਖਾਉਂਦੇ ਹਨ ਕਿ ਸਰਵਿਕਸ ਵਿੱਚ ਅਸਾਧਾਰਨ ਕੁਸ਼ਾਣੂ ਹਨ ਜਾਂ ਕੁਸ਼ਾਣੂ ਐਨੇ ਨਹੀਂ ਹਨ ਕਿ ਕੋਈ ਭਰੋਸੇਯੋਗ ਨਤੀਜਾ ਕੱਢਿਆ ਜਾ ਸਕੇ ਜਿਸ ਨੂੰ ਨਾ ਕਾਫੀ ਨਮੂਨਾ ਕਹਿੰਦੇ ਹਨ ਤਾਂ ਤੁਹਾਨੂੰ ਸੰਪਰਕ ਕੀਤਾ ਜਾਏਗਾ ਅਤੇ ਇੱਕ ਹੋਰ ਜਾਂਚ ਦਾ ਪ੍ਰਬੰਧ ਕੀਤਾ ਜਾਏਗਾ ਲਗਭਗ 50 ਵਿੱਚੋਂ ਇੱਕ ਔਰਤ ਨੂੰ ਨਾ کافی ਨਮੂਨੇ ਕਾਰਨ ਦੁਬਾਰਾ ਬੁਲਾਇਆ ਜਾਏਗਾ ਪਰ ਜ਼ਿਆਦਾਤਰ ਜਾਂਚ ਕੀਤੀਆਂ ਔਰਤਾਂ ਵਿੱਚੋਂ 90% ਤੋਂ ਵੱਧ ਵਿੱਚ ਅਸਧਾਰਨਤਾਵਾਂ ਦਾ ਕੋਈ ਨਿਸ਼ਾਨ ਨਹੀਂ ਮਿਲੇਗਾ ਜੋ ਟੈਸਟ ਦਾ ਅਸਧਾਰਨ ਨਤੀਜਾ ਹੁੰਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਉਮਰ ਤੇ ਨਿਰਭਰ ਕਰਦੇ ਹੋਏ 3 ਜਾਂ 5 ਸਾਲਾਂ ਵਿੱਚ ਉਹਨਾਂ ਦੀ ਅਗਲੀ ਜਾਂਚ ਲਈ ਬੁਲਾਇਆ ਜਾਏਗਾ